ਗਾਲਾ ਵਧੀਆ ਬਣ ਗਿਆ। ਦਿੱਤੇ ਹੋਏ ਸੰਦੇਸ਼ ਨੂੰ ਸਵੀਕਾਰ ਕਰਦੇ ਨੇ ਜੀ, ਅਸੀਂ ਉਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜੋ ਕਾਮਨਾ ਨੇ ਕਿ ਅਸੀਂ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਹੁੰਦੇ ਹਾਂ, ਹਰ ਇੱਕ ਇਨਸਾਨ ਦੀ ਮਨੋਕਾਮਨਾ ਹੁੰਦੀ ਹੈ ਕਿ ਬੇਸ਼ਰਤ ਇਹ ਉਸਦਾ ਮਨ ਸੱਚਾ ਹੋਣਾ ਚਾਹੀਦਾ, ਉਸਦੇ ਮਨ ਦੇ ਵਿੱਚ ਪੂਰੀ ਭਾਵਨਾ ਹੋਣੀ ਚਾਹੀਦੀ ਹੈ ਇਸ ਦਰਬਾਰ ਦੇ ਲਈ, ਕਿਉਂਕਿ ਇਹ ਸੱਚ ਦਾ ਦਰਬਾਰ ਹੈ। ਸੋ ਬਹੁਤ ਬਹੁਤ ਧੰਨਵਾਦੀਆਂ ਜੀ ਸਾਰੀਆਂ ਨਗਰ ਵਾਸੀਆਂ ਦੇ, ਇਲਾਕ ਵਾਸੀਆਂ ਦੇ, ਦੂਰੋਂ ਨੇੜੇ ਆਏ ਸਭ ਸਬੰਧੀਆਂ ਦੇ ਉਸਦਾ ਧੰਨਵਾਦੀ ਹਾਂ ਜੀ। ਅਸੀਂ ਨਗਰ ਪੰਚਾਇਤ ਦੇ ਸਰਪੰਚ ਸਾਹਿਬ, ਮੈਂਬਰ ਸਾਹਿਬਾਨ ਜੀ ਦੇ, ਔਰ ਨਾਲ ਹੀ ਧੰਨਵਾਦੀ ਹਾਂ ਕਿ ਅਸੀਂ ਇਸ ਸਾਰੇ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਜਿੰਨੀਆਂ ਸੰਸਥਾ ਸਾਡੇ ਪਿੰਡ ਦੇ ਵਿੱਚ ਖੜੀਆਂ ਹੋਈਆਂ ਨੇ ਜੀ, ਉਹਨਾਂ ਸਾਰੀਆਂ ਦਾ ਸਹਿਯੋਗ ਸਾਨੂੰ ਬਹੁਤ ਬਹੁਤ ਮਿਲਦਾ। ਇੱਕ ਮੈਂ ਬੇਨਤੀ ਜ਼ਰੂਰ ਵਿੱਚ ਕਰਦਾ ਜੀ ਪ੍ਰਧਾਨ ਜੀ ਦਾ ਹੁਕਮ ਆ ਕਿ ਮੈਂ ਹੁਣੇ ਜਾ ਕੇ ਆਇਆ, ਵੈਸੇ ਮਜੀਸ਼ੀਅਨ ਦੇ ਕੋਲ ਕਮੀਨ ਪਾਰਟਾ ਜੀ ਆ ਗਏ ਆ। ਮੈਂ ਬੇਨਤੀ ਕਰਾਂਗਾ ਜੀ ਉਹਨਾਂ ਦੇ ਮਜੀਸ਼ੀਅਨ ਜੀ ਨੂੰ ਜਲਦੀ ਤੋਂ ਜਲਦੀ ਸਟੇਜ ਦੇ ਵਿੱਚ ਆ ਕੇ ਉਹ ਆਪਣੇ ਮਜੀਸ਼ੀਅਨ ਨੂੰ ਫਿੱਟ ਕਰ ਲੈਣ, ਕਿਉਂਕਿ ਉਹਨਾਂ ਨੂੰ ਟਾਈਮ ਲੱਗ ਜਾਂਦਾ। ਉਹ ਆਪਣਾ ਮਜੀਸ਼ੀਅਨ ਇੱਥੇ ਸੈਟਿੰਗ ਕਰਨ ਅਤੇ ਜਦੋਂ ਤੱਕ ਸਾਡੇ ਇਹ ਅਨਾਊਂਸ ਔਰ ਸਨਮਾਨ ਹੁੰਦੇ ਨੇ ਜਾਂ